ਦੱਸਿਆ ਕਿ ਜਿਸ ਤਰ੍ਹਾਂ 1984 ਦੇ ਸਿੱਖ ਕਤਲੋ ਗਾਰਾ ਚ ਦਿੱਲੀ ਦੇ ਅੰਦਰ ਜਿਹਨਾਂ ਕਾਂਗਰਸੀ ਲੀਡਰਾਂ ਨੂੰ ਗਾਂਧੀ ਪਰਿਵਾਰ ਔਰ ਕਾਂਗਰਸ ਨੇ ਬਚਾਉਣ ਦਾ ਪ੍ਰਯਾਸ ਕੀਤਾ, ਉਸੇ ਤਰ੍ਹਾਂ ਦਾ ਪ੍ਰਯਾਸ ਅੱਜ ਫੇਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਅੰਦਰ ਕਰ ਰਹੇ ਨੇ। ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ, ਬੇਅਦਬੀ ਤੋਂ ਬਾਅਦ ਦੇ ਹਾਲਾਤ ਪੈਦਾ ਹੋਏ, ਉਹਤੇ ਰਾਜਨੀਤੀ ਕੀਤੀ ਜਾ ਰਹੀ। ਕੈਪਟਨ ਸਾਹਿਬ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੇ ਉਦੋਂ ਵੀ ਸਪਸ਼ਟ ਕਿਹਾ ਸੀ ਕਿ ਅਸੀਂ ਕੜੀ ਤੋਂ ਕੜੀ ਸਜ਼ਾ ਮਿਲੇ ਦੋਸ਼ੀਆਂ ਨੂੰ, ਸਾਡੀ ਡਿਮਾਂਡ ਸੀ, ਅੱਜ ਵੀ ਸਾਡੀ ਡਿਮਾਂਡ, ਚਾਹੇ ਅਪਰਾਧੀ ਕੋਈ ਵੀ ਕਿਉਂ ਨਾ ਹੋਏ, ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਲੇਕਿਨ ਕਿਆ ਹਰ ਵਾਰ SIT ਉਹ ਬਣੇਗੀ? ਤੁਸੀਂ ਵਾਅਦਾ ਕੀਤਾ ਸੀ ਕੈਪਟਨ ਸਾਹਿਬ, 4 ਸਾਲ 4 ਮਹੀਨੇ ਹੋ ਗਏ, ਤੁਸੀਂ ਵਾਅਦਾ ਕੀਤਾ ਕਿ 4 ਹਫ਼ਤਿਆਂ ਚ ਮੈਂ ਦੋਸ਼ੀਆਂ ਨੂੰ ਜੇਲ੍ਹ ਚ ਪਹੁੰਚਾਵਾਂਗਾ। ਲੇਕਿਨ ਅੱਜ 4 ਸਾਲ 4 ਮਹੀਨੇ ਹੋ ਗਏ, ਪੰਜਾਬ ਚ ਕੇਵਲ ਤੇ ਕੇਵਲ ਖੇਲ ਖੇਲਿਆ ਜਾ ਰਿਹਾ। SIT ਬਣ ਗਈ, ਪਹਿਲੀ SIT, ਦੂਜੀ SIT, ਤੀਜੀ SIT, ਉਹ ਦੱਸਦੇ ਦਿਓ ਪਹਿਲੀ SIT ਨੇ ਕੀ ਕੀਤਾ? ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ, ਕੈਪਟਨ ਸਾਹਿਬ ਉਹਨੇ ਜਿਹੜੇ ਬਿਆਨ ਨੋਟ ਕੀਤੇ ਸੀ, ਉਹ ਬਿਆਨਾਂ ਦਾ ਕੀ ਹੋਇਆ? ਕਿਆ ਕੇਵਲ ਇਹ ਜਿਹੜੀ ਨਵੀਂ SIT ਬਣੀ ਹੈ 2022 ਦੇ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਗਈ? ਪੰਜਾਬ ਦੀ ਜਨਤਾ ਕਾਰਵਾਈ ਚਾਹੁੰਦੀ ਹੈ। SIT ਦਾ ਰਾਜਨੀਤਿਕ ਖੇਲ ਖੇਲ ਕੇ ਆਪਣੀ ਰਾਜਨੀਤਿਕ ਗੋਟੀਆਂ ਤੇ ਰਾਜਨੀਤਿਕ ਰੋਟੀਆਂ ਨਾ ਸੇਕੋ। ਗੁਰੂਆਂ ਦਾ ਮਸਲਾ ਹੈ, ਬੇਦਬੀ ਦਾ ਮਸਲਾ, ਔਰ ਤੇ ਕਾਰਵਾਈ ਦਾ ਮਸਲਾ, ਵਿਅਕਤੀਆਂ ਨੂੰ ਪਕੜੇ ਜਾਣ ਦਾ ਮਸਲਾ। ਲੇਕਿਨ 4 ਸਾਲ 4 ਮਹੀਨੇ ਚ ਇੱਕ ਵੀ ਬੰਦੇ ਦੀ ਗ੍ਰਿਫਤਾਰੀ ਨਹੀਂ ਹੋਈ। SIT ਦੇ ਅਫਸਰ ਜਿਨ੍ਹਾਂ ਨੇ ਖੁੱਲ੍ਹੇਆਮ ਅਖਬਾਰਾਂ ਚ ਕਿਹਾ ਕਿ SIT ਨੇ ਜਿਹੜੇ ਬਿਆਨ ਨੋਟ ਕੀਤੇ ਸੀ, ਉਹਤੇ ਕਾਰਵਾਈ ਕਰਨ ਵਾਸਤੇ ਪੰਜਾਬ ਸਰਕਾਰ ਦੇ ਅਫਸਰ ਐਡਵੋਕੇਟ ਜਨਰਲ ਸੀਰੀਅਸ ਹੀ ਨਹੀਂ ਸੀਗਾ, ਗੈਰ ਜਿੰਮੇਵਾਰਾਨਾ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ। ਪੰਜਾਬ ਦੀ ਜਨਤਾ ਇਸ ਸਾਫ ਚਾਹੁੰਦੀ ਹੈ, ਕਠੋਰ ਕਾਰਵਾਈ ਚਾਹੁੰਦੀ ਹੈ। SIT ਦਾ ਖੇਲ ਨਾ ਖੇਲੋ, ਔਰ ਉਸ ਤਰ੍ਹਾਂ ਜਿਸ ਤਰ੍ਹਾਂ 1984 ਦੇ ਸਿੱਖ ਕਤਲੋ ਗਾਰਤ ਦੇ ਜਿਹੜੇ ਬੰਦੇ ਸੀ, ਜਿਸ ਤਰ੍ਹਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਸੱਜਣ ਕੁਮਾਰ ਕਿੰਨੇ ਬਚਾਇਆ? BJP ਦੀ ਸਰਕਾਰ ਆਈ, ਜੇਲ੍ਹ ਚ ਭੇਜਿਆ ਕਿੰਨੇ? ਉਹ ਖੁੱਲ੍ਹੇਆਮ ਟਾਈਟਲਰ ਕਹਿੰਦਾ ਮੈਂ ਸਿੱਖ ਮਾਰਤੇ। ਕੈਪਟਨ ਸਾਹਿਬ ਤੁਸੀਂ ਅੱਜ ਤੱਕ ਉਹਤੇ ਵੀ ਨਹੀਂ ਬੋਲੇ, ਕਿਉਂਕਿ ਆਪਣੀ ਕੁਰਸੀ ਪਿਆਰੀ ਹੈ। ਮੁੱਖ ਮੰਤਰੀ ਦੀ ਕੁਰਸੀ ਦੇ ਬਚਾਉਣ ਵਾਸਤੇ, ਚਾਹੇ 84 ਦੇ ਬੇਦਬੀ ਦਾ ਮਸਲਾ ਹੋਵੇ, 84 ਦੇ ਸਿੱਖ ਕਤਲੋ ਕਰਨ ਦਾ ਮਸਲਾ ਹੋਵੇ, ਜਾਂ ਬੇਦਬੀਆਂ ਦਾ ਬਰਗਾੜੀ ਦਾ ਮਸਲਾ ਹੋਵੇ, ਕੇਵਲ ਔਰਤੇ ਰਾਜਨੀਤਿਕ ਰੋਟੀਆਂ ਹੀ ਸੇਕੀਆਂ ਗਈਆਂ। ਇਨਸਾਫ਼ ਨਹੀਂ ਮਿਲਿਆ, ਇਨਸਾਫ਼ ਮਿਲਣਾ ਚਾਹੀਦਾ।